ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਜਿਹੜੀਆਂ ਜਾਰੀ ਕੀਤੀਆਂ ਇੰਸਟਰਕਸ਼ਨਸ ਆ ਸੀਨੀਅਰ ਅਫਸਰਾਂ ਵੱਲੋਂ ਜਿਹੜੀਆਂ ਦਿੱਤੀਆਂ ਹਦਾਇਤਾਂ ਉਹਨਾਂ ਦੀ ਪਾਲਣਾ ਕਰਦੇ ਹੋਏ ਇਹਨਾਂ ਨੂੰ ਬਾਰ ਬਾਰ ਸਮਝਾਇਆ ਗਿਆ ਸੀ ਵੀ ਜਿਹੜੇ ਲਾਇਸੈਂਸ ਜਾਰੀ ਹੋਏ ਆ ਉਹਦੇ 'ਤੇ ਨਿਰਧਾਰਤ ਕੀਤੀ ਗਈ ਜਗ੍ਹਾ 'ਤੇ ਹੀ ਪਟਾਕੇ ਵੇਚੇ ਜਾਣਗੇ ਇਹਨਾਂ ਕੋਲ ਲਾਇਸੈਂਸ ਹੈ ਬਟ ਜਿਹੜੀ ਫਿਕਸ ਕੀਤੀ ਜਗ੍ਹਾ ਉਹਦੇ 'ਤੇ ਸੇਲ ਨਹੀਂ ਸੀ ਕਰ ਰਹੇ ਇਸ ਕਰਕੇ ਵਾਇਲੇਸ਼ਨ ਤਾਂ ਹੋਈ ਇਹਨਾਂ ਨੇ ਉਲੰਘਣਾ ਕੀਤੀ ਹੈ ਉਸ ਐਕਟ ਦੇ ਤਹਿਤ ਜਿਹੜੀਆਂ ਜਾਰੀ ਹੋਈਆਂ ਹਦਾਇਤਾਂ ਦੇਖੋ ਬੜਾ ਸਟ੍ਰਿਕਟਲੀ ਕਰ ਰਹੇ ਹਾਂ ਚੋਰੀ ਛੁਪੇ ਮਾੜਾ ਮੋਟਾ ਮਤਲਬ ਵੇਚਣ ਦੀ ਕੋਸ਼ਿਸ਼ ਕਰਦੇ ਆ ਜਿਹੜਾ ਵੀ ਸਾਹਮਣੇ ਆਉਂਦਾ ਉਹਨੂੰ ਫੜ ਕੇ ਉਹਦੇ ਵਿਰੁੱਧ ਜਿਹੜੀ ਕਾਨੂੰਨ ਮੁਤਾਬਕ ਕਾਰਵਾਈ ਕਰ ਰਹੇ ਹਾਂ ਕਿੰਨੇ ਬੰਦੇ ਪਕੜੇ ਗਏ ਆ ਇਸ ਟਾਈਮ ਹੁਣ 3 ਬੰਦੇ ਪਕੜ ਕੇ ਲਿਆਂਦੇ ਨੇ ਜੀ ਤੇ ਕਿੰਨਾ ਕੋਲੇ ਲਾਇਸੈਂਸ ਹੈ ਇੱਕ ਕੋਲੇ ਲਾਇਸੈਂਸ ਹੈ ਬਾਕੀ ਦੋਆਂ ਕੋਲੇ ਲਾਇਸੈਂਸ ਹੈ ਨਹੀਂ ਵਿਦਆਊਟ ਲਾਇਸੈਂਸ ਗੈਰ ਕਾਨੂੰਨੀ ਤਰੀਕੇ ਨਾਲ ਵੇਚ ਰਹੇ ਆ ਇਸ ਕਰਕੇ ਉਹਨਾਂ ਦੇ ਖਿਲਾਫ ਜਿਹੜਾ ਉਹਨਾਂ ਕੋਲੇ ਮਟੀਰੀਅਲ ਪਿਆ ਜੋ ਪਟਾਕਾ ਪਿਆ ਉਹਨੂੰ ਸੀਜ਼ ਕਰਕੇ ਤੇ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ।